ਅਕਸਰ ਦੀਜਾ ਕਾਂ ਨਹੀਂ ਜੈ। ਗੁਰੂ ਨਾਨਕ ਸਾਹਿਬ ਜੀ ਨੂੰ ਸੁਲਹਾ ਦਾ ਪੈਗੰਬਰ ਕਿਹਾ ਜਾਂਦਾ। ਇਹ ਕਿਹੜੇ ਵਚਨ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਨੇ ਕਿ ਜੇ ਪ੍ਰੇਮ ਕਰਨ ਦਾ ਵਾਹਿਗੁਰੂ ਨਾਲ ਪ੍ਰੇਮ ਕਰਨ ਦਾ ਚਾਅ ਪੈਦਾ ਉੱਠਿਆ ਹੈ, ਪੈਦਾ ਹੋਇਆ ਮਨ ਦੇ ਵਿੱਚ, ਧਰਮ ਦੇ ਰਸਤੇ 'ਤੇ ਤਲੂੰ ਦਾ ਚਾਅ ਪੈਦਾ ਹੋਇਆ ਨਾ, ਤਾਂ ਸਿਰ ਨੂੰ ਤਲੀ ਉੱਤੇ ਧਰ ਕੇ ਆ। ਭਾਵ ਕੀ ਹੈ? ਮਨ ਦੇ ਵਿੱਚ ਹੰਕਾਰ ਖਤਮ ਕਰਕੇ ਆ, ਗੁਰੂ ਉੱਤੇ ਭਰੋਸਾ ਲੈ ਕੇ ਆ। ਜੇ ਭਰੋਸਾ ਨਹੀਂ ਤੇਰੇ ਚਿੱਤ ਦੇ ਵਿੱਚ ਤਾਂ ਇਸ ਰਸਤੇ ਉੱਤੇ ਕਦੇ ਨਾ ਆਏ। ਜੇ ਸਿਰਕ ਨਹੀਂ ਹੈ ਰਸਤੇ ਦੇ ਉੱਤੇ ਤਾਂ ਕਦੇ ਨਾ ਆਏ। ਪਤਿਤ ਆਦਮੀ, ਡਿੱਗਿਆ ਹੋਇਆ ਆਦਮੀ, ਉਹਨੂੰ ਤਾਂ ਗੁਰੂ ਦੀ ਹਜ਼ੂਰੀ ਵਿੱਚ ਚੌੜ ਕਰਨ ਦਾ ਵੀ ਹੁਕਮ, ਧਰਮ ਦੇ ਰਸਤੇ 'ਤੇ ਕਿਵੇਂ ਸ਼ੁਰੂ? ਜਿਹੜਾ ਪਤਿਤ ਆਦਮੀ ਆ ਨਾ, ਜਿਹਨੇ ਧਰਮ ਦੀ ਕਿਸੇ ਕੋਈ ਗ੍ਰਹਿਣ ਕੀਤੀ, ਉਹਨੂੰ ਚੌੜ ਕਰਨ ਦਾ ਵੀ ਹੁਕਮ ਨਹੀਂ ਹੈ ਪਰੀ ਦੀਵਾਨ ਦੇ ਵਿੱਚ। ਸੋ ਸਿਰਕ ਵਾਲਾ ਜਿਹੜਾ ਬੰਦਾ ਹੈ, ਉਹਨੂੰ ਮਹਾਰਾਜ ਨੇ ਏਡਾ ਵੱਡਾ ਦਾਨ ਦਿੱਤਾ ਖੁਸ਼ਬੂ ਉਹਦੀ ਜ਼ਿੰਦਗੀ ਦੇ ਵਿੱਚ ਆਉਂਦੀ। ਸੋ ਇਹ ਹੈ ਸਿਰਕ। ਅੱਗੇ ਕਿਹਾ ਸਬਰ। ਸਿਰਕ ਉਹਦੇ ਚਿੱਤ ਦੇ ਵਿੱਚ ਭਰਿਆ ਹੁੰਦਾ ਹੈ। ਅੱਗੇ ਕਿਹਾ ਸਬਰ। ਸਬਰ ਕਹਿੰਦੇ ਸੰਤੋਖ ਨੂੰ। ਸਬਰ ਤੋਂ ਉਲਟ ਹੈ ਤ੍ਰਿਸ਼ਨਾ। ਤ੍ਰਿਸ਼ਨਾ ਜਿਹੜੀ ਇਹ ਜਨਮ ਔਰ ਮਰਨ ਦਾ ਮੂਲ ਹੈ। ਜਨਮ ਦਾ ਮਰਦਾ ਬੰਦਾ ਤ੍ਰਿਸ਼ਨਾ ਕਰਕੇ ਹੈ। ਸੋ ਤ੍ਰਿਸ਼ਨਾ ਤੋਂ ਉਲਟ ਹੈ ਸਬਰ ਸੰਤੋਖ। ਸਬਰ ਸੰਤੋਖ, ਜਿਸ ਹਿਰਦੇ ਦੇ ਅੰਦਰ ਬਾਣੀ ਨਹੀਂ ਹੈ, ਬਾਣੀ ਖਾਤਰ ਸਤਿਕਾਰ ਨਹੀਂ ਹੈ, ਸਿਦਕ ਨਹੀਂ ਹੈ ਬਾਣੀ ਦੇ ਉੱਤੇ, ਉਹਦੇ ਮਨ ਦੇ ਵਿੱਚ ਤ੍ਰਿਸ਼ਨਾ ਆ ਗਈ, ਉਹਦੇ ਮਨ ਦੇ ਵਿੱਚ ਇੱਛਾਵਾਂ ਗੰਦੀਆਂ ਪੈਦਾ ਹੋਣਗੀਆਂ, ਉਹ ਮਨੁੱਖ ਡੋਲੇਗਾ, ਉਹ ਮਨੁੱਖ ਪਾਪ ਕਰੇਗਾ ਦੁਨੀਆਂ ਦੇ ਵਿੱਚ, ਗਿਰੇਗਾ ਥਾਂ ਥਾਂ ਦੇ ਉੱਤੇ, ਮੂੰਹ 'ਤੇ ਚੋਟਾਂ ਪੈਣਗੀਆਂ। ਅਤੇ ਜਿਸ ਨੂੰ ਸਿਰਕ ਆ ਗਿਆ, ਅਤੇ ਸਤਿਗੁਰੂ ਜੀ ਕਹਿੰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ, ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਜੀ ਦੇ ਗੁਰਮੁਖ ਮਹਾਨ ਗੁਰਬਾਨ ਦਾ ਇਹ ਵਚਨ ਹੈ ਕਿ ਉਸ ਮਨੁੱਖ ਦੇ ਹਿਰਦੇ ਅੰਦਰ ਸਬਰ ਆਉਣ ਕਰਕੇ ਉਹਦਾ ਦਿਲ ਹੈ ਜਿਹੜਾ ਦਰਿਆ ਵਰਗਾ ਬਣ ਜਾਵੇ। ਸੰਤੋਖੀ ਦੇ ਮਨ ਦੇ ਵਿੱਚ ਤ੍ਰਿਸ਼ਨਾ ਵਾਲਾ ਰੱਜਦਾ ਨਹੀਂ ਕਰੇ। ਸੰਤੋਖ ਤੋਂ ਉਲਟ ਤ੍ਰਿਸ਼ਨਾ ਹੈ। ਤ੍ਰਿਸ਼ਨਾ ਵਾਲਾ ਸਦਾ ਭੁੱਖਾ ਰਹੇਗਾ। ਜਿਵੇਂ ਅਗਨੀ ਹੈ, ਅਗਨੀ ਦੇ ਵਿੱਚ ਜਿੰਨਾ ਮਰਜ਼ੀ ਬਾਲਣ ਪਾਈ ਜਾਈਏ, ਕਦੇ ਅਗਨੀ ਰੱਜ ਨਹੀਂ। ਸਾਰੀ ਧਰਤੀ ਦੀ ਬਨਸਪਤੀ ਦਾ ਬਾਲਣ ਪਾ ਦਿਓ ਅੱਗ ਦੇ ਵਿੱਚ, ਅਤੇ ਅੱਗ ਹੈ ਜਿਹੜੀ ਕਦੇ ਰੱਜੇਗੀ। ਤਿਵੇਂ ਤਿਵੇਂ ਹੀ ਤ੍ਰਿਸ਼ਨਾ ਦੀ ਅੱਗ ਹੈ। ਜੇ ਕੋਈ ਬੰਦਾ ਕਹੇ ਕਿ ਮੈਂ ਆਪਣੀਆਂ ਸਾਰੀਆਂ ਇੱਛਾਵਾਂ ਪੂਰਨ ਕਰ ਲਵਾਂ, ਤਾਂ ਸਭ ਤੱਕ ਰਾਵਣ ਦੀਆਂ ਇੱਛਾਵਾਂ ਪੂਰੀਆਂ ਕਿੱਥੋਂ ਹੋਈਆਂ? ਰਾਵਣ ਨੇ ਦੇਵਤਿਆਂ ਦਾ ਵੀ ਧਨ ਖੋਹ ਲਿਆ, ਆਪਣੇ ਸਾਰੀ ਧਰਤੀ ਦਾ ਸੋਨਾ ਇਕੱਠਾ ਕਰ ਲਿਆ, ਅਤੇ ਉਹ ਬ੍ਰਾਹਮਣ ਜਾਤ ਦਾ ਸੀ। ਰਾਵਣ ਬ੍ਰਾਹਮਣ ਸੀ, ਬ੍ਰਾਹਮਣ ਜਾਤ ਦਾ ਹੋ ਕੇ ਉਹ ਰਾਕਸ਼ ਕਹਾਇਆ। ਰਾਕਸ਼ ਦਾ ਜਿਹੜਾ ਮਾੜੇ ਕਰਮ ਕਰੇ, ਬ੍ਰਾਹਮਣ ਸਭ ਤੋਂ ਪਵਿੱਤਰ ਹੁੰਦਾ, ਅਤੇ ਉਹਨੇ ਮਾੜੇ ਕਰਮ ਕੀਤੇ, ਬ੍ਰਾਹਮਣ ਜਾਤ ਦੇ ਹੁੰਦੇ ਹੋਏ ਰਾਕਸ਼ ਕਹਾਇਆ। ਕਿਉਂ ਕਹਾਇਆ? ਕਿਉਂਕਿ ਉਹਨੇ ਸਤਿ ਸੰਤੋਖ ਖੋ ਲਿਆ, ਕ੍ਰਿਸ਼ਨਾ ਦੇ ਅਧੀਨ ਹੋ ਕੇ, ਵੇਦਾਂ ਦਾ ਗਿਆਤਾ ਹੋ ਕੇ ਉਹਨੇ ਸਭ ਤੋਂ ਵੱਡੇ ਪਾਪ ਕੀਤੇ, ਅਤੇ ਸਜ਼ਾ ਪ੍ਰਾਪਤ ਹੋਈ। ਅੱਜ ਤੱਕ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਲਿਖ ਦਿੱਤਾ ਕਿ ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਪਿਆ ਨਹੀਂ ਹੈ। ਇਹ ਮੂਰਖਤਾ ਕੀਤੀ। ਜੇ ਸਬਰ ਸੰਤੋਖ ਨਹੀਂ ਹੈ ਚਿੱਤ ਦੇ ਵਿੱਚ, ਮਨੁੱਖ ਕਦੇ ਰੱਜਦਾ ਨਹੀਂ ਹੈ। ਸੁਖਮਨੀ ਸਾਹਿਬ ਦਾ ਤੁਸੀਂ ਸਾਰੇ ਪਾਠ ਕਰਦੇ ਹੋ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਯਾਦ ਕਰਾਉਂਦੇ ਹਨ ਕਿ ਬਿਨਾਂ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਜਿੱਥੇ ਸਭ ਕਰਜਾ। ਸੰਤੋਖ ਤੋਂ ਬਿਨਾਂ ਦੱਸੋ ਕੋਈ ਰੱਜਿਆ ਧਰਤੀ ਦੇ ਉੱਤੇ? ਜਿਵੇਂ ਸੁਪਨਾ ਹੁੰਦਾ, ਸੁਪਨੇ ਦੇ ਬਿਨਾਂ, ਜਿਵੇਂ ਸੁਪਨੇ ਸੁਪਨੇ ਦੇ ਵਿੱਚ ਕਦੇ ਕਾਰਜ ਨਹੀਂ ਪੂਰੇ ਹੁੰਦੇ। ਸੁਪਨੇ 'ਚ ਚਾਹੇ ਲੱਖ ਬੰਦਾ ਆਪਣੇ ਮਨ ਦੀਆਂ ਇੱਛਾਵਾਂ ਪੂਰਤੀਆਂ ਕਰ ਲਵੇ, ਪਰ ਜਾਗਦੇ ਹਨ ਫਿਰ ਉਹ ਜ਼ਿਆਦਾ ਦੁੱਖ ਹੈ। ਸੋ ਬਾਬਾ ਫਰੀਦ ਸਾਹਿਬ ਨੇ ਕਿਹੋ ਜਿਹਾ ਵਚਨ ਬਖਸ਼ਿਸ਼ ਕੀਤਾ ਹੈ? ਸਬਰ ਇਹ ਸੁਆਓ ਜੇ ਤੂੰ ਬੰਦਾ ਦਿੜ ਕਰੇ, ਵੱਧ ਜੀਵੇ ਦਰਿਆਓ ਟੁੱਟਣਾ ਚਾਹੀਦਾ ਵਾਹ। ਭਾਈ ਗੁਰਦਾਸ ਸਾਹਿਬ ਇਹਨਾਂ ਦੀ ਵਿਆਖਿਆ ਕਰਦੇ ਹਨ, ਇਸੇ ਕਰਕੇ ਕਿਹਾ ਸਬਰ ਸ਼ਹੀਦ। ਜੇ ਤੂੰ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਦ੍ਰਿੜ ਕਰ ਲਵੇਂ, ਸਬਰ ਨੂੰ ਦ੍ਰਿੜ ਕਰ ਲਵੇਂ, ਸੰਤੋਖੀ ਹੋ ਜਾਵੇਂ, ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਵੱਧ ਕੇ ਦਰਿਆ ਵਰਗਾ ਬਣ ਜਾਵੇਗਾ। ਸਬਰ ਮਨੁੱਖ ਨੂੰ ਵਾਹਿਗੁਰੂ ਨਾਲ ਖਿੱਚ ਕੇ ਲੈ ਜਾਂਦਾ। ਸਬਰ ਉਹ ਵਹਾਅ ਬਣ ਜਾਂਦਾ ਜ਼ਿੰਦਗੀ ਦੇ ਵਿੱਚ, ਜਿਵੇਂ ਦਰਿਆ ਹੁੰਦਾ ਨਾ, ਵਹਿੰਦਾ ਵਹਿੰਦਾ ਜੇ ਤੁਰਦਾ ਰਹੇ ਦਰਿਆ, ਸਾਰੀਆਂ ਅਟਕਲਾਂ ਪਾਰ ਕਰਦਾ ਹੋਇਆ, ਨੀਵਾਂ ਵਹਿੰਦਾ ਹੋਇਆ ਸਮੁੰਦਰ ਦੇ ਵਿੱਚ ਜਾ ਕੇ। ਜੋ ਮਨੁੱਖ ਸਬਰ ਸੰਤੋਖ ਦਾ ਜੀਵਨ ਬਤੀਤ ਕਰਦਾ ਹੋਇਆ ਸਾਰੀਆਂ ਮੁਸ਼ਕਲਾਂ ਪਾਰ ਕਰ ਜਾਵੇ, ਤਾਂ ਉਹ ਵਾਹਿਗੁਰੂ ਦੇ ਵਿੱਚ ਉਹਦਾ ਮਿਲਾਪ ਹੋ ਜਾਂਦਾ, ਵਾਹਿਗੁਰੂ ਨੂੰ ਮਿਲ ਜਾਂਦਾ। ਤਾਂ ਦੂਜੀ ਗੱਲ ਕਹੀ ਹੈ ਭਾਈ ਸਾਹਿਬ ਜੀ ਨੇ, ਸਬਰ ਅਤੇ ਸਿਰਕ ਨੇ ਜਿਹੜੇ
ਇਹ ਸ਼ਹੀਦ ਦੇ ਅੰਦਰ ਕੁੱਟ ਕੁੱਟ ਕੇ ਭਰੇ ਹੋਏ ਹੁੰਦੇ। ਸੰਤੋਖੀ ਹੁੰਦਾ ਸ਼ਹੀਦ ਆ ਜਿਹੜਾ ਸਬਰ ਵਾਲਾ ਹੁੰਦਾ ਅਤੇ ਉਹਦੇ ਮਨ ਦੇ ਵਿੱਚ ਜਿਹੜੀਆਂ ਗੱਲਾਂ ਨਹੀਂ ਹੁੰਦੀਆਂ ਕੁੱਟ ਕੁੱਟ ਕੇ ਸਾਧ ਸਾਧ ਕੇ ਉਹਨੇ ਕੱਢ ਦਿੱਤੀਆਂ ਹੁੰਦੀਆਂ ਨੇ ਉਹ ਹੈ ਭਰਮ ਅਤੇ ਭਉ। ਸ਼ਹੀਦ ਦੇ ਮਨ ਵਿੱਚ ਭਰਮ ਨਹੀਂ ਹੁੰਦਾ, ਉਹਨੂੰ ਆਪਣੇ ਗੁਰੂ ਉੱਤੇ ਅਟੁੱਟ ਭਰੋਸਾ ਹੁੰਦਾ। ਜਦੋਂ ਬਾਬਾ ਦੀਪ ਸਿੰਘ ਜੀ ਨੂੰ ਖਬਰ ਮਿਲੀ ਹੈ ਦਮਦਮਾ ਸਾਹਿਬ, ਉਦੋਂ ਇਕੱਲੇ ਬੈਠੇ ਸਨ, ਛੋਲਿਆਂ ਦੀ ਮੁੱਠੀ ਖਾ ਕੇ ਅਤੇ ਪਾਣੀ ਪੀ ਕੇ ਬੰਦਗੀ ਦੇ ਵਿੱਚ ਲੀਨ ਸਨ। ਪੰਜ ਭਾਸ਼ਾਵਾਂ ਦਾ ਬਾਬਾ ਦੀਪ ਸਿੰਘ ਵਿਦਵਾਨ ਸੀ ਅਤੇ 70-72 ਸਾਲ ਦੀ ਉਮਰ ਦੇ ਵਿੱਚ ਉਹ ਖੰਡਾ ਜਿਹੜਾ 18 ਸੇਰ ਦਾ ਖੰਡਾ ਅੱਜ ਕੱਲ੍ਹ ਦਾ ਨੌਜਵਾਨ ਉਹਨੂੰ ਚੱਕ ਨਹੀਂ ਸਕਦਾ। ਦੇਖੋ ਸ਼ਹੀਦਾਂ ਦੇ ਕੀ ਹਾਲ ਨੇ। ਮਾਈ ਭਾਗੋ ਦੀ ਜਿਹੜੀ ਤਲਵਾਰ ਜਿਹੜੀ ਮਦੂਖ ਹੈ ਨਾ ਉਹ ਦੇੜ ਸਾਹਿਬ ਪਈ ਹੈ, ਉਹਨੂੰ ਤਿੰਨ ਬੀਬੀਆਂ ਇਕੱਠੀਆਂ ਚਲਾ ਕੇ ਚੱਕ ਨਹੀਂ ਸਕਦੀਆਂ, ਇੰਨੀ ਭਾਰੀ ਹੈ। ਜੰਗ ਦੇ ਵਿੱਚ ਉਸ ਬੀਬੀ ਨੇ ਮਾਈ ਭਾਗੋ ਨੇ ਉਹ ਤਲਵਾਰ ਉਹ ਬੰਦੂਕ ਚਲਾ ਲਈ। ਆਮ ਸਿੱਖ 18 ਸਿਰ ਤੱਕ ਖੰਡਾ ਨਹੀਂ ਚੱਕ ਸਕਦਾ। ਉਹ ਵਾਹਿਆ ਬਾਬੇ ਬਿਰਧ ਅਵਸਥਾ ਦੇ ਵਿੱਚ ਬਾਬੇ ਦੀਪ ਸਿੰਘ ਨੇ ਵਾਹਿਆ। ਜਦੋਂ ਉਹਨਾਂ ਨੂੰ ਖਬਰ ਮਿਲੀ ਹੈ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਆ ਰਿਹਾ ਹੈ ਫੌਜ ਜਿਹੜੀ ਹੈ, ਤਾਂ ਇਕੱਲੇ ਹੀ ਸੀ, ਮਨ ਦੇ ਵਿੱਚ ਇਹ ਭਰਮ ਨਹੀਂ ਸੀ ਵੀ ਮੈਂ ਇਕੱਲਾ ਕੀ ਕਰੂੰਗਾ ਜਾ ਕੇ। ਉਸੇ ਵਕਤ ਉੱਠ ਕੇ ਤੁਰ ਪਏ, ਖੰਡਾ ਫੜਿਆ ਹੱਥ ਦੇ ਵਿੱਚ ਕਿ ਮੈਂ ਚੱਲਿਆ ਜਿਹਨੇ ਮੇਰੇ ਨਾਲ, ਦੇਖੋ ਉਸੇ ਵਕਤ ਕਾਹਲੀ ਨਾਲ ਉੱਠੇ ਬਾਬਾ ਜੀ ਕਿ ਮੈਂ ਚੱਲਿਆ ਜਿਹਨੇ ਮੇਰੇ ਨਾਲ ਰਲਣਾ ਤੁਰ ਪਏ। ਇੰਨੀ ਤੇਜ਼ ਤੁਰਦੇ ਗਏ ਨਾ ਅਤੇ ਤੁਰਦਿਆਂ ਤੁਰਦਿਆਂ ਪਿੰਡਾਂ ਦੇ ਵਿੱਚ ਜਦੋਂ ਬਾਬੇ ਦੇ ਦਰਸ਼ਨ ਕੀਤੇ, ਬਾਬੇ ਦੇ ਦਰਸ਼ਨ ਕਰਕੇ ਨੌਜਵਾਨ ਮੁੰਡੇ ਜਿਹਨੂੰ ਕਿਸੇ ਨੂੰ ਫੌੜਾ ਮਿਲਿਆ, ਫੌੜਾ ਲੈ ਕੇ ਕੋਈ ਗਲਾਸਾ ਮਿਲਿਆ, ਕਿਰਪਾਨ ਮਿਲੀ, ਜੋ ਕੋਈ ਵੀ ਹਥਿਆਰ ਮਿਲਿਆ ਉਹ ਚੱਕ ਕੇ ਬਾਬੇ ਦੀਪ ਸਿੰਘ ਦੇ ਨਾਲ ਲਾਉਂਦੇ। ਜਿਹੜਾ ਲਕੀਰ ਸਾਹਿਬ ਗੁਰਦੁਆਰਾ ਆਉਂਦਾ ਉੱਥੇ ਰੁਕ ਗਏ ਬਾਬਾ ਜੀ, ਪਿੱਛੋਂ ਨੌਜਵਾਨ ਨੱਠੇ ਆਉਂਦੇ ਨੇ ਅਤੇ ਨੌਜਵਾਨ ਪੁੱਛਦੇ ਨੇ ਵੀ ਰੁਕਾ ਤੇ ਗਏ, ਕਹਿੰਦੇ ਬਾਬਾ ਜੀ ਰੁਕੇ, ਕਹਿੰਦੇ ਕਾਹਦੇ ਰੁਕੇ, ਕਹਿੰਦੇ ਲਕੀਰ ਦਿੱਤੀਆਂ ਵੀ ਇੱਦੋਂ ਅੱਗੇ ਉਹ ਆਵੇ ਜਿਹਨੇ ਮਨ ਮੰਡਿਆ, ਜਿਹਨੂੰ ਆਪਣੇ ਨਿਆਣਿਆਂ ਦਾ ਘਰ ਵਾਲੀ ਦਾ ਜ਼ਮੀਨ ਜਾਇਦਾਦ ਦਾ ਮੋਹ ਆ ਨਾ ਇੱਥੋਂ ਪਿੱਛੇ ਮੁੜੂ ਕੇ ਮੈਨੂੰ ਨਹੀਂ ਲਾਉਂਦਾ ਸੀ। ਕਹਿੰਦੇ ਫਿਰ ਅੱਗੇ ਲੰਘਦੇ ਕਹਿੰਦੇ ਤੁਰੋ, ਆਪਾਂ ਤਾਂ ਆਇਆ ਇਹ ਕੰਮ ਕਰਨ, ਸਾਰੇ ਦੇ ਸਾਰੇ ਕਿਸੇ ਨੇ ਵੀ ਪਿੱਛੇ ਨਹੀਂ ਪੈਰ ਪਾਇਆ, ਸਾਰੇ ਦੇ ਸਾਰੇ ਅੱਗੇ ਲੰਘੇ। ਇਹ ਹੁੰਦਾ ਸਾਧ ਸੰਗਤ ਸਿਦਕ, ਇਹ ਹੁੰਦਾ ਭਰਮ। ਮਨ ਦੇ ਵਿੱਚ ਭਰਮ ਹੈ ਹੀ ਨਹੀਂ ਕੋਈ ਬਈ ਜਿਉਣਾ ਹੈ, ਅਸੀਂ ਜਿਉਣ ਦਾ ਭਰਮ ਕੱਢਦੇ ਸਨ ਮਨ ਦੇ ਵਿੱਚੋਂ। ਗੁਰੂ ਸਾਹਿਬ ਦਾ ਬਚਨ ਹੈ ਬਾਣੀ ਦੇ ਵਿੱਚ, ਜੀਵਨ ਕੀ ਆਸਾ ਨਹੀਂ, ਜਿਉਣ ਦੀ ਮੇਰੇ ਦਿਲ ਦੇ ਵਿੱਚ ਆਸਾ ਨਹੀਂ, ਜਿਹੜਾ ਮੌਤ ਦਾ ਉਹ ਮੇਰੇ ਮਨ ਦੇ ਵਿੱਚ ਡਰ ਕੋਈ। ਜਿਹੜਾ ਸ਼ਹੀਦ ਹੈ ਇਸ ਗੱਲ ਦੇ ਨਾਲ ਹੁੰਦਾ, ਜੀਵਨ ਦਾ ਲਾਲਚ ਕੋਈ ਨਹੀਂ ਅਤੇ ਮਰਨ ਦਾ ਡਰ ਕੋਈ ਨਹੀਂ। ਅਤੇ ਆਮ ਮਨੁੱਖ ਹੈ ਜਿਹੜਾ ਉਹ ਜਿਉਣਾ ਵੀ ਚਾਹੁੰਦਾ ਹੈ ਪਰ ਮੌਤ ਤੋਂ ਡਰਦਾ ਵੀ ਹੈ। ਇਸ ਕਰਕੇ ਜੀ ਜ਼ਿੰਦਗੀ ਹੈ ਜਿਹੜੀ ਦੁੱਖਾਂ ਵਿੱਚ ਭਰੀ ਹੋਈ। ਇਹ ਦੋ ਗੁਣ ਹਨ ਜਿਨ੍ਹਾਂ ਦੇ ਵਿਚਾਲੇ ਪੀਸ ਹੁੰਦਾ ਹੁੰਦਾ, ਜਿਹਦੇ ਅੰਦਰ ਜਿਉਣ ਦਾ ਲਾਲਚ ਹੈ ਅਤੇ ਮੌਤ ਤੋਂ ਡਰਦਾ ਹੈ, ਉਹਦੀ ਜ਼ਿੰਦਗੀ ਸੁੱਖੀ ਕਦੇ ਨਹੀਂ। ਡਰਨ ਵਾਲਾ ਨਾਲੇ ਦਲੀ ਜਾਣਾ ਨਾਲੇ ਜਿਉਣ ਦੀ ਲਾਲਸਾ ਰੱਖੀ, ਜਿੱਧਰੇ ਪਾਸੇ ਨੂੰ ਰਾਹ ਨਿਕਲਦਾ ਉੱਧਰ ਨੂੰ ਨਿਕਲ ਹੀ ਜਾਂਦਾ, ਇਹ ਹਾਲ ਮਨੁੱਖ ਦਾ ਹੁੰਦਾ ਹੈ। ਪਰ ਜਿਹੜਾ ਸ਼ਹੀਦ ਹੁੰਦਾ ਹੈ ਗੁਰਮੁਖ ਹੁੰਦਾ ਹੈ ਉਹਦੇ ਮਨ ਦੇ ਵਿੱਚੋਂ ਭਰਮ ਨਿਕਲ ਜਾਂਦਾ, ਉਹ ਇੱਕ ਪਾਸਾ ਜ਼ਿੰਦਗੀ ਦਾ ਜਿਉਣ ਦਾ ਲਾਲਚ ਛੱਡ ਦਿੰਦਾ। ਸੋ ਸਿੱਧਾ ਦੱਸਦਾ ਵੀ ਮੈਂ ਮੌਤ ਹੈ ਗੁਰੂ ਦੇ ਚਰਨਾਂ ਵਿੱਚ ਜਾਣ, ਜੇ ਮਰਿਆ ਤਾਂ ਗੁਰੂ ਦੇ ਚਰਨਾਂ ਵਿੱਚ ਜਾਊਂ ਅਤੇ ਜਿੰਨਾ ਚਿਰ ਜੀਵਾਂਗਾ ਉਹਨਾਂ ਚਿਰ ਅਣਖ ਨਾਲ ਜੀਵਾਂ। ਸੋ ਇਹ ਉਹਦੇ ਖਾਤਰ ਜ਼ਿੰਦਗੀ ਦਾ ਸਪਸ਼ਟ ਰਾਹ ਕਰ ਦਿੰਦਾ ਅਤੇ ਇਸ ਰਾਹ ਦੇ ਅੱਗੇ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਉਹ ਵੀ ਕੁਛ ਨਹੀਂ ਕਰ ਸਕਦੇ। ਦਮਦਮੀ ਟਕਸਾਲ ਹੈ ਜਿਹੜੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੀ ਖੋਜ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਸੁਲਤਾਨੀ ਫੌਜ ਚੜ੍ਹ ਕੇ ਆਈ ਸੀ ਅਤੇ ਇਸ ਫੌਜ ਦੇ ਵਿੱਚ ਜਦੋਂ ਜੰਗ ਹੋਇਆ, ਜੰਗ ਤੋਂ ਬਾਅਦ ਸਿਰਫ 80 ਸਿੱਖ ਸ਼ਹੀਦ ਹੋਏ ਸੀ। ਇੰਨੇ ਬਲ ਵਾਲੇ, ਇੰਨੇ ਭਾਰੂ ਸਨ, ਇੱਕ ਇੱਕ ਸਿੱਖ ਇੰਨਾ ਇੰਨਾ ਭਾਰੂ ਸੀ। ਪਹਿਲਾਂ ਤਾਂ ਚਮਕੌਰ ਦੀ ਜੰਗ ਦੇ ਵਿੱਚ ਮਹਾਰਾਜ ਨੇ ਕੌਤਕ ਕਰਕੇ ਦਿਖਾਇਆ, ਬਾਬਾ ਹਿੰਮਤ ਸਿੰਘ ਜੀ ਅਤੇ ਬਾਬਾ ਅਜੀਤ ਸਿੰਘ ਜੀ, ਇਹ ਦੋ ਮਹਾਂਪੁਰਖ ਐਸੇ ਹਨ ਜਿਹੜੇ ਸਵਾ ਲੱਖ ਦੇ ਨਾਲ ਇਕੱਲੇ ਇਕੱਲੇ ਲੜੇ। ਅਤੇ ਜੇ ਹੋਰ ਆਪਾਂ ਇਤਿਹਾਸ ਨੂੰ ਪੂਰਾ ਹੋ ਕੇ ਬਾਕੀ ਇਹਨਾਂ ਮੀਂਹ ਦੇ ਨਾਲ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਇਹ ਦੋ ਸਾਹਿਬਜ਼ਾਦੇ ਨਿੱਕੇ ਹਨ, ਇਹ ਦੋ ਪੂਰੇ ਖਾਲਸੇ ਸਨ ਅਤੇ ਬਾਬੇ ਬੰਦੇ ਬਹਾਦਰ ਨੇ ਤਕਰੀਬਨ 2.5 ਲੱਖ ਮੁਗਲਾਂ ਕਿਰਪਾਨ ਦੇ ਥੱਲੇ ਜਿੰਦਾ ਹੈ।
ਜੇਸੇ ਸਾਹਿਬ ਨੇ ਦੇਖੀ ਸਵਾ ਸਵਾ ਲੱਖ ਦੋਵਾਂ ਸਾਹਿਬਜ਼ਾਦਿਆਂ ਦੇ ਹਿੱਸੇ ਆ ਗਏ ਭਾਵੇਂ ਤਲਵਾਰ ਨਹੀਂ ਇਹਨਾਂ ਨੇ ਚਲਾਈ ਪਰ ਜਿਹੜੀ ਤਲਵਾਰ ਇਹਨਾਂ ਨੇ ਚਲਾ ਦਿੱਤੀ ਉਹ ਰਹਿੰਦੀ ਦੁਨੀਆਂ ਤੱਕ ਕਾਇਮ ਰਹੀ ਸਿਰਫ 80 ਸਿੱਖਾਂ ਦੀ ਗਿਣਤੀ ਸਿਰਫ 80 ਮੁਗਲਾਂ ਦੇ ਲਾਸ਼ਾਂ ਦੇ ਢੇਰ ਲਾਉਂਦਾ ਹੋਇਆ ਬਾਬਾ ਦੀਪ ਸਿੰਘ ਜੀ ਤੇ ਜਿੱਥੇ ਸ਼ਹੀਦਾਂ ਦਾ ਸਥਾਨ ਹੈ ਉੱਥੇ ਤੱਕ ਪਹੁੰਚੇ ਇਹ ਹੁੰਦਾ ਭਰਮ ਸਾਧ ਸਿੰਘ ਜਿਹਦੇ ਮਨ ਦੇ ਵਿੱਚ ਭਰਮ ਨਹੀਂ ਹੈ ਭਰਮ ਮੁੱਕ ਜਾਵੇ ਉਹ ਜਿਉਂਦਾ ਹੀ ਸ਼ਹੀਦ ਹੁੰਦਾ ਹੈ ਅਤੇ ਭਉ ਭਉ ਹੁੰਦਾ ਡਰ ਹੁਣ ਭਰਮ ਕੀ ਹੈ ਆਪਾਂ ਦੇਖੀਏ ਵੀ ਆਪਣੇ ਮਨ ਦੇ ਵਿੱਚ ਇਹ ਭਰਮ ਹੈ ਵੀ ਗੁਰੂ ਦੀ ਬਾਣੀ ਹੈ ਗੁਰੂ ਦੀ ਬਾਣੀ ਪਤਾ ਨਹੀਂ ਰੱਬ ਨਾਲ ਮਿਲਾਵੇਗੀ ਕਿ ਨਹੀਂ ਗੁਰੂ ਹੈ ਜਿਹੜਾ ਜੇ ਮੈਂ ਦਾੜਾ ਕੇਸ ਰੱਖ ਲਿਆ ਮੇਰੀ ਨੌਕਰੀ ਮਿਲੇਗੀ ਕਿ ਨਹੀਂ ਇਹ ਭਰਮ ਹੈ ਸਾਡੇ ਮਨ ਦੇ ਵਿੱਚ ਜੇ ਮੈਂ ਗੁਰੂ ਤੇ ਉੱਤੇ ਆਸਰਾ ਰੱਖ ਲਿਆ ਮੇਰਾ ਦੁੱਖ ਪਤਾ ਨਹੀਂ ਦੂਰ ਹੋਵੇਗਾ ਕਿ ਨਹੀਂ ਇਹ ਜਿਹੜਾ ਪਤਾ ਨਹੀਂ ਹੈ ਨਾ ਇਹ ਸ਼ੰਕਾ ਮਨ ਦੇ ਵਿੱਚ ਪੈਦਾ ਹੋਈ ਇਹ ਭਰਮ ਹੈ ਜਿੰਨਾ ਚਿਰ ਸਿਰਕ ਨਹੀਂ ਭਰੋਸਾ ਨਹੀਂ ਗੁਰੂ ਉੱਤੇ ਉਹਨਾਂ ਚਿਰ ਕਦੇ ਦੂਰ ਨਹੀਂ ਹੁੰਦਾ ਜਦ ਭਰੋਸਾ ਆ ਗਿਆ ਤਾਂ ਸਾਰਾ ਕੁਝ ਦੂਰ ਹੋ ਜਾਂਦਾ ਮਹਾਰਾਜ ਨੇ ਤਾਂ ਜਦੋਂ ਖਾਲਸੇ ਨੂੰ ਅੰਮ੍ਰਿਤ ਛਕਾਇਆ ਉਦੋਂ ਹੀ ਕਹਿ ਦਿੱਤਾ ਸੀ ਕਿ ਖਾਲਸਾ ਜੀ ਤੇਰਾ ਧਰਮ ਨਾਸ ਭਰਮ ਨਾਸ ਕਰਮ ਨਾਸ ਅਤੇ ਸਾਰੇ ਤੇਰੇ ਜਿਹੜੇ ਹਨ ਸਭ ਕੁਝ ਨਾਸ਼ ਕਰ ਦਿੱਤਾ ਤੂੰ ਨਵਾਂ ਨਰਵਾ ਹੋ ਕੇ ਗੁਰਸਿੱਖੀ ਦੇ ਮਾਰਗ ਤੇ ਤੁਰ ਹੁਣ ਡਰ ਹੈ ਜਿਹੜਾ ਸਿੱਖ ਦੀ ਜ਼ਿੰਦਗੀ ਦੇ ਵਿੱਚ ਡਰ ਨਹੀਂ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਭੈ ਕਾ ਰੂਪ ਕੋ ਦੇਤ ਨਹਿ ਨਹਿ ਭੈ ਮਾਨ ਖਾਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਕਾਹੇ ਵਖਾ ਚਾਹੇ ਗਿਆਨੀ ਕਹਿ ਲਈਏ ਚਾਹੇ ਸ਼ਹੀਦ ਕਹਿ ਲਈਏ ਇਹ ਇੱਕੋ ਹੀ ਗੱਲ ਹੈ ਨਾ ਸਿੱਖ ਹੈ ਜਿਹੜਾ ਇਹ ਡਰਦਾ ਹੈ ਕਿਸੇ ਨੂੰ ਨਾ ਕਿਸੇ ਨੂੰ ਡਰਾਉਂਦਾ ਹੈ ਡਰਾਉਂਦੇ ਜਾਨਵਰ ਨੇ ਅਤੇ ਡਰਦੇ ਵੀ ਜਾਨਵਰ ਨੇ ਜਦੋਂ ਜਾਨਵਰਾਂ ਵਰਗਾ ਵਿਰਤੀ ਹੋ ਜਾਵੇ ਨਾ ਬੰਦੇ ਦੀ ਅਤੇ ਉਦੋਂ ਬੰਦਾ ਡਰਦਾ ਅਤੇ ਉਦੋਂ ਹੀ ਡਰਾਉਂਦਾ ਸਿੱਖ ਹੋ ਕੇ ਸਿੱਖ ਕਿਸੇ ਤੋਂ ਨਾ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਜਦੋਂ ਆਪਾਂ ਖਾਲਸੇ ਬਣਦਾ ਜਦੋਂ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਤਾਂ ਆਪਾਂ ਮੂੰਹ ਆਪਣੇ ਸਤਿਗੁਰੂ ਵੱਲ ਰੱਖਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਹਿੰਦੁਸਤਾਨ ਗੁਲਾਮ ਸੀ ਗੁਲਾਮੀ ਦੇ ਵੇਲੇ ਮਹਾਰਾਜ ਨੇ ਮਲਕਾਰਾ ਮਾਰ ਕੇ ਖਾਲਸਾ ਪੈਦਾ ਕੀਤਾ ਅਤੇ ਸਾਰੇ ਦੀ ਸਾਰੀ 35 ਲੱਖ ਫੌਜ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਲਵਾਰ ਭੇਟਾ ਹੋਈ ਪੰਡਿਤ ਸ਼ੇਰ ਸਿੰਘ ਜੀ ਲਿਖਦੇ ਨੇ ਜਿਨ੍ਹਾਂ ਨੇ ਧਰੂਵੇਦ ਲਿਖਿਆ ਗ੍ਰੰਥ ਉਹਦੇ ਵਿੱਚ ਲਿਖਦੇ ਨੇ 35 ਲੱਖ ਮੁਗਲਈਆ ਫੌਜ ਮਹਾਰਾਜ ਦੀ ਤਲਵਾਰ ਦੀ ਭੇਟ ਹੋਈ ਅਤੇ ਮੁਗਲਈਆ ਰਾਜ ਹੈ ਜਿਹੜਾ ਹਜ਼ਾਰ ਸਾਲ ਦਾ ਵਸਿਆ ਹੋਇਆ ਰਾਜ ਐਡਾ ਵੱਡਾ ਖਜ਼ਾਨਾ ਏਡੀ ਵੱਡੀ ਫੌਜ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੰਬਣ ਲਾ ਦਿੱਤੀ 50 ਸਾਲ ਦੇ ਵਿੱਚ ਖਾਲਸੇ ਨੇ ਖਤਮ ਕਰ ਦਿੱਤਾ ਰਾਜ ਉਹਦਾ ਖਤਮ ਕਰ ਦਿੱਤਾ ਜਿਹੜੇ ਮੁਗਲ ਹੱਸਦੇ ਸਨ ਮਹਾਰਾਜ ਨੂੰ ਦਸਵੇਂ ਪਾਤਸ਼ਾਹ ਜਦੋਂ ਕਿਹਾ ਸੀ ਮੁਗਲ ਰਾਜ ਦੀ ਜੜ੍ਹਾਂ ਪੱਟੀਆਂ ਗਈਆਂ ਪਠਾਨ ਹੱਸਦੇ ਸਨ ਸ਼ਰਾਬਾਂ ਪੀ ਪੀ ਕੇ ਫਿਰ ਅਨੰਦਪੁਰ ਉਜਾੜ ਦਿੱਤਾ ਬੱਚੇ ਮਰਾ ਦਿੱਤੇ ਸਾਡਾ ਰਾਜ ਕੌਣ ਹਿਲਾ ਦੂ ਅਤੇ ਉਹਨਾਂ ਦੀ ਜੁੱਤੀਆਂ ਮਾਰ ਮਾਰ ਕੇ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਹੋਈ ਹੈ ਉਹਨਾਂ ਤੋਂ ਸਾਰਾ ਜਿਹੜਾ ਗੰਦ ਪਾਇਆ ਸੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਪਠਾਣਾ ਤੋਂ ਕਢਾਇਆ ਸਾਰਾ ਇਹ ਹੈ ਭਉ ਜਦੋਂ ਭਉ ਨਿਰਭਉ ਹੋ ਜਾਵੇ ਆਪਾਂ ਪੜ੍ਹਦੇ ਹਾਂ ਨਾ ਸਤਿਗੁਰੂ ਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਨੂੰ ਨਿਰਭਉ ਕਰਨ ਦੀ ਯੁਕਤੀ ਦੱਸਦੇ ਹਨ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਸੇ ਪ੍ਰਾਣੀ ਛੁਟੈ ਨਿਰਭਉ ਨੂੰ ਜਪਣ ਵਾਲਾ ਨਿਰਭਉ ਹੋ ਜਾਂਦਾ ਨਿਰਭਉ ਕੌਣ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੀ ਸੰਗਤ ਨਿਰਭਉ ਜੇ ਨਿਰਭਉ ਸੰਗਤ ਦੇ ਵਿੱਚ ਆਵਾਂਗੇ ਨਿਰਭਉ ਦੀ ਬਾਣੀ ਪੜ੍ਹਾਂਗੇ ਡਰ ਸਾਡੇ ਕੋਲ ਕਿਉਂ ਆਊਗਾ ਹਜ਼ੂਰ ਕਹਿੰਦੇ ਹਨ ਡਰੀਐ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਡਰੋ ਤਾਂ ਜੇ ਡਰ ਡਰ ਦੂਜਾ ਵਾਹਿਗੁਰੂ ਤੋਂ ਬਿਨਾਂ ਹੋਵੇ ਵਾਹਿਗੁਰੂ ਤੋਂ ਬਿਨਾਂ ਕੋਈ ਡਰਾਉਣ ਵਾਲਾ ਹੈ ਹੀ ਨਹੀਂ ਡਰੋ ਪਾਪ ਤੋਂ ਫਿਰ ਬੰਦਾ ਪੁੱਛਦਾ ਵੀ ਮਹਾਰਾਜ ਡਰ ਕੇ ਆਉਂਦਾ ਹੈ ਹਜ਼ੂਰ ਕਹਿੰਦੇ ਦੇਖੋ ਗੁਰੂ ਨਾਨਕ ਸਾਹਿਬ ਦੀ ਸਾਈਕੋਲੋਜੀਕਲ ਅਪਰੋਚ ਦੇਖੋ ਉਦੋਂ ਆਹ ਜਿਹੜੀ ਸਾਈਕੋਲੋਜੀ ਸਾਡੀ 200 ਸਾਲ ਪਹਿਲਾਂ ਦੀ ਹੈ ਸਾਰੀ ਹੁਣ ਇਹ ਨਾਲ ਫਿਰ ਪੈਰਾਸਾਈਕੋਲੋਜੀ ਬਣ ਗਈ ਸਾਈਕੋਲੋਜੀ ਬਣ ਗਈ ਇਹ 200 ਸਾਲ ਪੁਰਾਣੀ ਹੈ ਪਰ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਸਾਈਕੋਲੋਜੀ ਦੀ ਨੀਂਹ ਧਰਦੇ ਨੇ ਮਹਾਰਾਜ ਕਹਿੰਦੇ ਡਰੀਆ ਜੇ ਡਰ ਹੋਵੇ ਹੋਰ ਡਰ ਦਾ ਡਰਨਾ ਮਨ ਕਾ ਸ਼ੋਰ ਇਹ ਮਨ ਦਾ ਸ਼ੋਰ ਹੈ ਮਨ ਸ਼ੋਰ ਪੈਦਾ ਕਰਦਾ ਸ਼ੋਰ ਕੀ ਹੁੰਦਾ ਜਿਹੜੀ ਚੀਜ਼ ਅਨਆਰਗੇਨਾਈਜ਼ ਹੋਵੇ ਔਰਗੇਨਾਈਜ਼ ਕੀ ਹੁੰਦੀ ਹੁਣ ਤੁਸੀਂ ਸਾਰੇ ਬੈਠੇ ਸੁਣਦੇ ਹੋ
जे कोई बंदा बिचों फिर रौला पाउन लग जाए लाला लाला हो जाए तो यह अगे अनऑर्गेनाइज चीज होगी। इतने भी बोलन ना बोलने वाले पता लगना भी मैं की कहना ना सुन वाले पता लगना शोर पै गया ना इन्हें मन के इशावान का शोर है। मन के मन ऑर्गेनाइज नहीं मनुख का मन किसी जुगत विच नहीं मन किसी ढंग के नाल नहीं चलता इस करके मन शोर पाँदा है शोर के बीच डर पैदा जे शोर खत्म करना है तो बाणी पढ़ी महाराज कह रहे हैं निरभव जपै बाणी गुरु महाराज निरभव रहे हैं गुरु की बाणी निरभव है जो निरभव बाणी पढ़ता वह कदम नहीं डरता डर ने नहीं आता। जिन्हें सूरमे हैं जो जग के मैदान के उतरते हैं कद नहीं डरते जिन्हें सूरमे ने हर शब्द के नाल जुड़े होते हैं। तो मैं इस्लाम की गल सुनाव इस्लाम के हजरत मुहम्मद साहब की जी बच्ची फातमा सी ये हजरत अली ब्याई हुई सी। सो हजरत अली सी जिहड़ा ये बड़ा वड्डा योद्धा सी ते जदों इहदा जन्म होया इन्हें अखां ना खोलियां ना ही बोलदा सी। तो माँ अपने बच्चे को हजरत मुहम्मद साहब के कोल लैके आ गई भाई ये बच्चा जिहड़ा ना बोलता है तो ना ये अखां खोलता कहने ये उड़ीकदा ही सी ये मेरे को आके अखां खोलनियां सी मेरे को आके बोलना लगा। जदों गोदी चक्या हजरत मुहम्मद साहब ने तो उन्हें जब अखां खोलियां पहला दर्शन है जिहड़ा उसने पैगंबर का दुनिया खातर अखा बंद कितिया क्या जो अखा खोलनिया तो हजरत मुहम्मद साहब के दर्शन किए मूँह नहीं खोलिया बोलन खातर ना खाण खातर दुध नहीं पीता तो हजरत मुहम्मद साहब ने अपनी जीव है जी गुरती के तौर पर मूँह में पाई है गुरती भी हजरत मुहम्मद साहब के सिलाई के रूप राल जी हजीर दी एडा वा योधा होया जो जंग के मैदान के उतरदा सी ना यह हजरत अली अज भी तुम जिन्हिया इस्लामिक देशों दौजा ने ना और या अली का नारा करके दुश्मन से पुतली क्यों कह दिया ने यह एडा वा योधा सी जंग के मैदान के घोड़े से सवार होकर नहीं जाता। इन पूछा भी हजरत जी तुम घोड़े से सवार होकर क्यों नहीं आते कहना घोड़ा जो जंग के मैदान के दुश्मन की करजी है ना घोड़ा छेती नट के आ जाता खोते उत्ते चढ़ के जाते सर कहते खोता हौली हौली आऊ मैं रण के मैदान के मरूंगा सही कट के ना लेके आऊ मैं खोता छेती घोड़ा नहीं खोते उत्ते सवार होकर जाते सर जूझ के लड़ते सर। इन्होंने एक बार अनियाला तीर लग्या आप पढ़ते ना गुरु रामदास महाराज जी बचन अनियाले अगियां राम राजे अनियाला तीर यह होंगे उधर मूहरे भी अणिया होंगे ने पिछे भी अणिया होंगे एम मुड़मिया होंगे जदों तीर लग जाता है तो जदों बाहा वापस खिचके कढ़ते हैं ना तीर को तो सारिया ही अंदर तीर कढ़ते हैं उन्होंने अणिया वाला तीर कहते हैं बी जाने जी अगे भी जाऊँगा तो भी मारूंगा जो पिछे खिच के कढ़ा तो भी मारूंगा दोए पासे उस तीर ने मारना उस तीर लग्या हजरत अली जंग के मैदान के उची उची रोंदा है तो जेडे नाल वाले ने फौजी वे भरा ने वो कहते भी असी हजरत जी तीर कटिए खिच के जल कटा उची उची रौला पा एडा वा योधा देख के रोन भी ये हम तो मरेगा ही उची रोता कहना भी की इलाज करी कहना एक इलाज करो कहना केड़ा कहना जब मैं नमाज पढ़न लगा नमाज पढ़ने वेले तीर खिचते जब नमाज का वेला पांच नमाजा मुसलमान पढ़ते हैं जंग के मैदान के सूरमे ने नमाज की जब नमाज की नमाज में इन्ना लीन हो गया ना तो उन्होंने खिच के तीर अलियाँ कटता नाड़ा भावें आ गई पर हजरत अली सी जरा बिना किसी शोर के बिना किसी चीख से उन्हें प्यार उन्होंने पूछा भी तू पहला इन्ना रौला पाया तो हूँ क्यों नहीं रौला पाया कहना जब नमाज पढ़िए नहीं कहना शरीर के हों जब नमाज पढ़ता ना शरीर के हों नहीं अपने ही नहीं रात के गोलियां चला जाते हैं आप ये बदतमीजी अपने बंदे ही कर जाते हैं पर जो अरदास करता है अरदास के सारी संत लीन होंगी है वाहगुरु के सब गुरु के लीन होए होंगे ने सो उस वेले शरीर तो बाहर होए होंगे सारे एडा वड्डा गुण होंगे शरीर के सो
ਅੱਜ ਵੀ ਦੇ ਲੋਕ ਇਹੋ ਜਿਹੇ ਜਿਹਦੇ ਕਰਮ ਨੇ ਉਹਨਾਂ ਦੇ, ਤਾਂ ਅੱਜ ਸਾਰਾ ਸੰਸਾਰ ਮੁਸਲਮਾਨ ਜਗਤ ਉਹਨਾਂ ਦਾ ਸਤਿਕਾਰ ਕਰਦਾ ਹੈ। ਸੋ ਬਾਬਾ ਜੀ ਬਾਬਾ ਦੀਪ ਸਿੰਘ ਉਹਨਾਂ ਨੂੰ ਆਪਾਂ ਸਾਰੇ ਯਾਦ ਕਰਦੇ ਹਾਂ। ਚਮਕੌਰ ਦੀ ਜੰਗ ਆਪਣੇ ਲੜੀ ਹੈ, ਅਨੰਦਪੁਰ ਦੀ ਜੰਗ ਆਪਣੇ ਲੜੀ ਹੈ, ਆਪ ਘਰ ਦੇ ਵਿੱਚ ਸਨ। ਜਦੋਂ ਮੁਕਤਸਰ ਸਾਹਿਬ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਗਏ ਨੇ, ਮਹਾਰਾਜ ਦੇ ਚਰਨਾਂ 'ਤੇ ਬਾਬਾ ਦੀਪ ਸਿੰਘ ਜੁਟਿਆ, ਨਮਸਕਾਰ ਕੀਤੀ, ਹੱਥ ਜੋੜ ਕੇ ਅਰਦਾਸ ਕੀਤੀ ਕਿ ਬਾਜਾਂ ਵਾਲਿਆ ਮੇਰੇ ਭਰਾ ਅਜੀਤ ਸਿੰਘ ਹੋਣੀ ਆਪਣੇ ਤੋਰ ਦਿੱਤੇ, ਜ਼ੋਰਾਵਰ ਸਿੰਘ ਫਤਿਹ ਸਿੰਘ ਹੋਣੀ ਉਹ ਸ਼ਹੀਦੀਆਂ ਪਾ ਗਏ, ਮੈਨੂੰ ਸ਼ਹੀਦੀ ਦਾ ਦਾਨ ਕਾਹਦੇ ਨਹੀਂ ਦਿੱਤਾ, ਮੈਂ ਵੀ ਤਾਂ ਆਪਦਾ ਬੱਚਾ ਹਾਂ, ਮੈਨੂੰ ਸ਼ਹੀਦੀ ਦਾ ਦਾਨ ਹੁਣ ਤੱਕ ਕਿਉਂ ਨਹੀਂ ਮਿਲਿਆ। ਤਾਂ ਪੁੱਤਰਾਂ ਦਾ ਦਾਨੀ ਖਾਮੋਸ਼ ਹੋ ਗਿਆ, ਉੱਥੇ ਕਹਿਣ ਲੱਗਿਆ ਦੀਪ ਸਿੰਘਾ ਤੈਨੂੰ ਸ਼ਹੀਦੀ ਦਾ ਦਾਨ ਉਹ ਪ੍ਰਾਪਤ ਹੋਣਾ ਹੈ ਜਿਹੜਾ ਰਹਿੰਦੀ ਦੁਨੀਆ ਤੱਕ ਯਾਦ ਰੱਖੇ, ਸਾਰਿਆਂ ਦੀ ਦੁਨੀਆ ਤੱਕ ਤੇਰਾ ਨਾਂ ਰਹੇ, ਤੇਰੀ ਵਿਲੱਖਣ ਸ਼ਹੀਦੀ। ਸੋ ਦਮਦਮਾ ਸਾਹਿਬ ਜਿਹੜੇ 48 ਸਿੰਘਾਂ ਨੇ ਅਰਥ ਪੜ੍ਹੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ, ਮਹਾਰਾਜ ਦੇ ਮੁਖਾਰ ਤੋਂ ਨਾਲੇ ਬਾਣੀ ਉਚਾਰਨ ਕੀਤੀ ਹੈ, ਅਤੇ ਨਾਲੇ ਜਿਹੜੀ ਬਾਣੀ ਉਚਾਰਨ ਕਰਦੇ ਸਨ ਭਾਈ ਸਾਹਿਬ ਭਾਈ ਨਵੀਂ ਸਿੰਘ ਜੀ ਆਪਣੇ ਕਰ ਕਮਲਾਂ ਨਾਲ ਡਿੱਗ ਲੈਂਦੇ ਸਨ, ਵਾਜਾਂ ਵਾਲੇ ਉਚਾਰ ਦਿੰਦੇ ਸਨ, ਅਤੇ ਸ਼ਾਮ ਨੂੰ ਉਹਦੀ ਕਥਾ ਸੁਣਾ ਦਿੰਦੇ, ਕਥਾ ਹੁੰਦੀ ਰਹੀ। ਸਾਰੀ ਜਦੋਂ ਕਥਾ ਹੋ ਗਈ, ਸੰਪੂਰਨਤਾ ਹੋ ਗਈ, ਤਾਂ ਇਹ ਸਾਰੇ ਦੇ ਸਾਰੇ 48 ਦੇ 48 ਸਿੱਖ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ। ਸਾਰਿਆਂ ਨੇ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਨਮਸਕਾਰ ਕੀਤੀ ਕਿ ਗੁਰੂ ਪਿਤਾ ਜੀ ਸਾਡੀ ਸੰਸਾਰ ਦੇ ਵਿੱਚ ਕੋਈ ਇੱਛਾ ਨਹੀਂ ਹੈ, ਸਾਨੂੰ ਕੁਛ ਵੀ ਚੰਗਾ ਨਹੀਂ ਲੱਗਦਾ, ਸਿਰਫ ਤੇਰੇ ਦਰਸ਼ਨ ਦਿਦਾਰੇ ਚੰਗੇ ਲੱਗਦੇ ਹਨ, ਤੇਰੇ ਚਰਨਾਂ ਦੀ ਪ੍ਰੀਤ ਚੰਗੀ ਲੱਗਦੀ ਹੈ, ਸਾਨੂੰ ਇਜਾਜ਼ਤ ਬਖਸ਼ ਦੇ ਵੀ ਅਸੀਂ ਇਸ ਸੰਸਾਰ ਨੂੰ ਤਿਆਗ ਲਈਏ। ਇਹ ਬ੍ਰਹਮ ਗਿਆਨ ਦਾ ਰਸ ਹੈ, ਬ੍ਰਹਮ ਗਿਆਨ ਦਾ ਆਨੰਦ ਹੈ। ਜਿਹੜਾ ਕਿਲ੍ਹਾ ਲੋਹਗੜ੍ਹ ਹੈ ਇੱਥੇ ਸ਼ਟਰ ਵੀ ਹੁੰਦੇ ਸਨ, ਇੱਥੇ 500 ਦੇ ਕਰੀਬ ਬ੍ਰਹਮ ਗਿਆਨੀ ਮਹਾਰਾਜ ਦੇ ਵੇਲੇ ਹੁੰਦੇ ਸਨ, ਪ੍ਰਸ਼ਾਦੀ ਹਾਥੀ ਦੇ ਉੱਤੇ ਮਹਾਰਾਜ ਸਵਾਰ ਹੋ ਕੇ ਲੰਗਰ ਲਿਜਾ ਕੇ ਉਹਨਾਂ ਸੂਰਮਿਆਂ ਨੂੰ ਬ੍ਰਹਮ ਗਿਆਨੀਆਂ ਨੂੰ ਆਪਣੇ ਕਰ ਕਮਲਾਂ ਨਾਲ ਲੰਗਰ ਛਕਾਉਂਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਦੇ। ਸੋ ਜਦੋਂ ਇਹ ਵਚਨ ਹੋਏ ਤਾਂ ਉਸ ਵੇਲੇ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਨੂੰ ਵਚਨ ਕੀਤਾ ਸੀ ਕਿ ਭਾਈ ਮਨੀ ਸਿੰਘਾ ਤੇਰਾ ਬੰਦ ਕੱਟਿਆ ਜਾਵੇ, ਤੇਰਾ ਜਿਹੜਾ ਆਨੰਦ ਤੈਨੂੰ ਇਹ ਪ੍ਰਾਪਤ ਹੋਇਆ ਇਸ ਆਨੰਦ ਨੂੰ ਕੋਈ ਖਤਮ ਨਹੀਂ ਕਰ ਸਕਦਾ। ਅਤੇ ਬਾਬੇ ਦੀਪ ਸਿੰਘ ਜੀ ਨੂੰ ਵਚਨ ਹੋਇਆ ਸੀ ਦੀਪ ਸਿੰਘਾ ਤੇਰਾ ਸਿਰ ਲੈ ਜਾਵੇ, ਸਿਰ ਲੈਣ ਤੋਂ ਬਾਅਦ ਵੀ ਤੇਰਾ ਆਨੰਦ ਖਤਮ ਨਹੀਂ ਹੋਵੇ। ਸੋ ਇਹ ਦੋਵੇਂ ਸਿੰਘ ਸਨ ਸੂਰਮੇ ਜਿੱਥੋਂ ਟਕਸਾਲ ਦਾ ਮੁੜ ਹੋਇਆ। ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣੇ, ਜਿਹੜੇ ਗਊ ਗਰੀਬ ਦੀ ਰੱਖਿਆ ਕਰਨ ਵਾਲੇ ਸੀ। ਜਦੋਂ ਗੁਰਦੁਆਰਿਆਂ ਦੇ ਉੱਤੇ ਪਾਪ ਹੁੰਦਾ ਸੀ, ਗੁਰਦੁਆਰਿਆਂ ਉੱਤੇ ਹਕੂਮਤਾਂ ਚੜ੍ਹਦੀਆਂ ਹੁੰਦੀਆਂ ਸੀ, ਤਾਂ ਬਾਬਾ ਦੀਪ ਸਿੰਘ ਜੀ ਗੁਰਦੁਆਰਿਆਂ ਦੀ ਰੱਖਿਆ ਕਰਨ ਖਾਤਰ ਸੇਵਾ ਸੰਭਾਲਦੇ ਸਨ। ਭਾਈ ਮਨੀ ਸਿੰਘ ਜੀ ਗੁਰਦੁਆਰਿਆਂ ਦੇ ਅੰਦਰ ਕੀ ਕੁਛ ਹੁੰਦਾ, ਤਾਂ ਹੀ ਆਪਾਂ ਨੂੰ ਵਚਨ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਦੋਂ ਸਿੱਖਾਂ ਨੇ ਜਾਣਾ ਮਹਾਰਾਜ ਸਾਨੂੰ ਕਿਰਪਾ ਕਰੋ ਸਾਡੇ ਉੱਤੇ ਬਖਸ਼ਿਸ਼ ਕਰੋ, ਹਜ਼ੂਰ ਨੇ ਕਹਿਣਾ ਜਾਓ ਧਨੀ ਸਿੱਖ ਨੇ ਜਿਹੜੇ ਸਾਰੀ ਸੰਗਤ ਇਕੱਠੀ ਹੋਵੋ, ਇਕੱਠੀ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਸਭ ਤੋਂ ਵਿਦਵਾਨ ਗੁਰਮੁਖ ਬੰਦਾ ਹੈ ਉਹਨੂੰ ਗੁਰਦੁਆਰੇ 'ਚ ਸੇਵਾ ਦੇ ਦਿੰਦਾ, ਕੀਰਤਨ ਵਾਲਾ ਤਕੜਾ ਕੀਰਤਨ ਵਾਲਾ ਰੱਖੋ ਜਾ ਕੇ, ਕੀਰਤਨ ਕਥਾ ਨੇ ਤੁਹਾਨੂੰ ਜੁਰਮ ਦੇ ਨਾਲ ਇਹ ਕੰਮ ਕਰੋ ਜਾ। ਸੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉੱਚ ਕੋਟੀ ਦੇ ਵਿਦਵਾਨ ਸਨ, ਅਤੇ ਜਿਹੜੇ ਮੁਸਲਮਾਨ ਸਨ ਇਲਾਕੇ ਦੇ, ਮੁਸਲਮਾਨ ਇਲਾਕੇ ਦੇ ਉਹਨਾਂ ਦੇ ਕੋਲ ਆ ਕੇ ਸਿੱਖਿਆ ਪਾਉਂਦੇ ਸਨ, ਏਡੇ ਉੱਚੇ ਵਿਦਵਾਨ ਸਨ, ਮੁਸਲਮਾਨ ਵੀ ਆ ਕੇ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦੇ ਸਨ, ਅਤੇ ਉਹਨਾਂ ਤੋਂ ਇਸਲਾਮ ਦੀ ਸਿੱਖਿਆ ਪ੍ਰਾਪਤ ਕਰਕੇ ਜਾਂਦੇ ਸਨ। ਫਿਰ ਇਸੇ ਕਰਕੇ ਜਿਹੜਾ ਜ਼ਕਰੀਆ ਖਾਨ ਸੀ, ਜ਼ਕਰੀਆ ਖਾਨ ਨੇ ਮੁਸਲਮਾਨਾਂ ਨੂੰ ਕਾਜ਼ੀਆਂ ਨੂੰ ਸਾਰਿਆਂ ਨੂੰ ਪਰੇ ਕਰਕੇ ਨਾ ਉਹਨੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸ਼ਹੀਦ ਕੀਤਾ। ਇੰਨਾ ਚਿਰ ਤੱਕ ਦਰਬਾਰ ਸਾਹਿਬ ਦੇ ਵਿੱਚ ਇੱਦਾਂ ਪ੍ਰਚਾਰ ਕਰਦੇ ਰਹੇ, ਸੇਵਾ ਕਰਦੇ ਰਹੇ, ਅਤੇ ਇਹ ਮੁਸਲਮਾਨ ਸਨ ਜਿਹੜੇ ਉਹਨਾਂ ਤੋਂ ਰਾਏ ਪੁੱਛਦੇ ਸੀ ਹਕੂਮਤਾਂ ਵੀ ਇਹ ਕੌਣ ਹੈ ਕੀ ਕਰਦਾ, ਕਹਿੰਦੇ ਵੀ ਇਹ ਬੜਾ ਮਹਾਂਪੁਰਖ ਹੈ, ਇਹ ਸੇਵਾ ਦੇ ਵਿੱਚ ਇਹ ਕਿਸੇ 'ਤੇ ਕੋਈ ਦਿਲ ਦਿਖਾਉਣ ਵਾਲਾ। ਪਰ ਜਦੋਂ ਹਕੂਮਤਾਂ ਹਨ ਉਹ ਧਰਮ ਨੂੰ ਭੁੱਲ ਜਾਣ, ਸੱਚ ਨੂੰ ਛੱਡ ਦੇਣ, ਅਤੇ ਫਿਰ ਉਹ ਇਹੋ ਜਿਹੇ ਪਾਪ ਕਰਨ ਖਾਤਰ ਤੁਰਦੇ ਨਹੀਂ ਹਨ। ਸੋ ਬਾਬਾ
ਵੀ ਭਾਈ ਮਨੀ ਸਿੰਘ ਜੀ ਸਨ ਜਿਹੜੇ ਉਹ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿੱਦਿਆ ਬ੍ਰਹਮ ਵਿੱਦਿਆ ਹੈ ਜਿਹੜੀ ਉਹਦਾ ਪ੍ਰਚਾਰ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਹੈ ਜਿਹੜਾ ਸੰਸਾਰ ਦੇ ਵਿੱਚ ਪਹੁੰਚਾਉਣ ਦੇ ਲਈ ਇਹ ਅੰਦਰੋਂ ਇੱਕ ਇਹ ਮੂਰੀ ਥਾਪੇ ਗਏ ਅਤੇ ਜਿਨ੍ਹਾਂ ਦੀ ਅੱਜ ਟਕਸਾਲ ਹੈ ਜਿਹੜੀ ਇਹ ਬੰਦੀ ਇਹ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਅੱਜ ਚੱਲ ਰਹੀ ਹੈ ਜਿਹਦੇ ਮੂਰੀਆਂ ਸ੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਅਤੇ ਦੂਜੀ ਟਕਸਾਲ ਹੈ ਸੰਤ ਬਾਬਾ ਜਗੈਰ ਸਿੰਘ ਜੀ ਉਹਨਾਂ ਤੋਂ ਬਾਅਦ ਬਾਬਾ ਧਰਮ ਸਿੰਘ ਜੀ ਧੰਬਾ ਹਨ ਉਸ ਟਕਸਾਲ ਦੇ ਵਿੱਚ ਸੋ ਚਾਰ ਟਕਸਾਲਾਂ ਹਨ ਇਹ ਟਕਸਾਲ ਦੋ ਟਕਸਾਲਾਂ ਦਮਦਮੀ ਹਨ ਇੱਕ ਟਕਸਾਲ ਹੈ ਜਿਹੜੀ ਗੰਗੂਰੀ ਦੀ ਰੱਖਿਆ ਕਰਨ ਵਾਲੀ ਬਾਬਾ ਦੀਪ ਸਿੰਘ ਜੀ ਦੇ ਪਹਿਲੇ ਮੁਖੀ ਅਤੇ ਭਾਈ ਮਨੀ ਸਿੰਘ ਪ੍ਰਚਾਰ ਕਰਨ ਵਾਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿੱਦਿਆ ਬ੍ਰਹਮ ਵਿੱਦਿਆ ਦੇਣ ਵਾਲੀ ਇਹਦੇ ਬਾਬਾ ਭਾਈ ਮਨੀ ਸਿੰਘ ਜੀ ਅਤੇ ਤੀਜੀ ਟਕਸਾਲ ਹੈ ਜਿਹੜੀ ਉਹ ਸੀ ਗੁਰਿਆਣਾ ਮੰਡੀ ਦੇ ਵਿੱਚ ਇਹ ਵੀ ਦਮਦਮੀ ਟਕਸਾਲ ਤੋਂ ਸ਼ੁਰੂ ਹੋਈ ਭਾਈ ਸਾਹਿਬ ਭਾਈ ਘਨੱਈਆ ਸਾਹਿਬ ਜੀ ਦੀ ਇਹ ਸੇਵਾ ਪੰਥੀ ਟਕਸਾਲ ਹੈ ਗੁਰਦੁਆਰਿਆਂ ਦੇ ਵਿੱਚ ਸੇਵਾ ਅੱਜ ਵੀ ਤੁਸੀਂ ਦੇਖੋ ਜਾ ਕੇ ਇਹ ਝਾੜੂ ਅਤੇ ਨੂਣ ਦੀ ਥੈਲੀ ਲੰਗਰ ਦੇ ਲਈ ਝਾੜੂ ਸਫਾਈ ਦੇ ਲਈ ਇਹ ਜਿਹੜੇ ਮੁਖੀ ਹਨ ਇਹਨਾਂ ਨੂੰ ਦੇ ਕੇ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਦਮ ਜਿਹੜੀ ਦਮਦੀ ਜਿਹੜੀ ਹੈ ਸੇਵਾ ਪੰਥੀ ਟਕਸਾਲ ਉਹਨਾਂ ਦੇ ਮੁਖੀ ਭਾਈ ਘਨੱਈਆ ਜੀ ਅਤੇ ਜਿਹੜੀ ਕੀਰਤਨ ਦੀ ਟਕਸਾਲ ਹੈ ਇਹਨਾਂ ਦੇ ਮੁਖੀ ਸਨ ਬਾਬਾ ਦਇਆ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਦੇ ਜਥੇਦਾਰ ਸਨ ਬਾਬਾ ਦਇਆ ਸਿੰਘ ਜੀ ਕੀਰਤਨ ਕਰਦੇ ਸਨ ਅਤੇ ਜਿੰਨੇ ਅਨੰਦਪੁਰ ਦੇ ਵਿੱਚ ਅਧਿਆਤਮਿਕ ਸਵਾਲ ਆਉਂਦੇ ਸਨ ਯੋਗੀ ਜਤੀ ਸਰੇਵੜੇ ਸਾਧੂ ਉਦਾਸੀ ਜਿੰਨੇ ਸਵਾਲ ਕੋਈ ਪੁੱਛਦੇ ਸਨ ਸੰਸਾਰ ਦੇ ਵਿੱਚੋਂ ਆ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਦੀ ਸੇਵਾ ਲਾਈ ਹੋਈ ਸੀ ਵੀ ਮੇਰੇ ਵੱਲੋਂ ਤੁਸੀਂ ਜਵਾਬ ਦੇਣਾ ਹੈ ਉਹਨਾਂ ਨੂੰ ਅਧਿਕਾਰ ਦਿੱਤਾ ਹੋਇਆ ਸੀ ਅਧਿਆਤਮਿਕ ਸਵਾਲ ਉਹ ਹੁੰਦੇ ਸਨ ਇਹ ਚਾਰ ਟਕਸਾਲਾਂ ਸੋ ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਨਿਭਾਈ ਆਪਾਂ ਦੇਖਦੇ ਵੀ ਸਿਰਫ 80 ਸਿੰਘ ਸ਼ਹੀਦ ਹੋਏ ਇਹਨਾਂ ਚਾਰ ਧਰਮ ਦੇ ਲਈ ਔਰ ਇੰਨੇ ਕਹਿੜੇ ਹੋ ਕੇ ਸਿੰਘ ਲੜੇ ਮੁਸਲਮਾਨਾਂ ਦੇ ਜਿਹੜੀਆਂ ਸਨ ਫੌਜਾਂ ਉਹਨਾਂ ਦੇ ਗਲਿਆਂ ਦੇ ਗਰੇ ਢੇਰਾਂ ਦੇ ਢੇਰ ਲਾਸ਼ਾਂ ਦੇ ਲਾ ਕੇ ਬਾਬਾ ਦੀਪ ਸਿੰਘ ਸ਼ਹੀਦਾਂ ਵਾਲੇ ਥਾਂ 'ਤੇ ਜਾ ਕੇ ਉੱਥੇ ਸੀਸ ਆਪਣਾ ਉਹਨਾਂ ਨੇ ਸੱਚਿਆ ਕਈ ਵਾਰ ਜਿਹੜੇ ਪੜ੍ਹੇ ਲਿਖੇ ਨੇ ਬਹੁਤੇ ਨਾ ਉਹ ਇਹ ਗੱਲ ਦੇ ਉੱਤੇ ਇਤਰਾਜ਼ ਕਰਦੇ ਨੇ ਵੀ ਬਾਬਾ ਦੀਪ ਸਿੰਘ ਦੇ ਮਾੜਾ ਜਿਹਾ ਟੱਕ ਲੱਗਿਆ ਸੀ ਗਰਦਨ ਹੈ ਜਿਹੜੀ ਉਹ ਵੱਢੀ ਗਈ ਸੀ ਅਤੇ ਨਾਲ ਸੀ ਅਤੇ ਹੱਥ ਫੜ ਕੇ ਉਹ ਲੜਦੇ ਚਲੇ ਇਹ ਸਾਡੇ ਮਨ ਦੇ ਵਿੱਚ ਭਰਮ ਹੈ ਵਹਿਮ ਹੈ ਮਨ ਦੇ ਵਿੱਚ ਸੋ ਜਿਹੜਾ ਜਿਹਨੇ ਅੰਮ੍ਰਿਤ ਛਕਿਆ ਹੋਇਆ ਕੋਈ ਵੀ ਇੰਪੋਸੀਬਲ ਵਾਲਾ ਗੱਲ ਹੈ ਜਿਹੜੀ ਉਹ ਸੰਭਵ ਹੋ ਸਕਦੀ ਹੈ ਅਸੰਭਵ ਗੱਲ ਸੰਭਵ ਹੋ ਸਕਦੀ ਹੈ ਹੁਣ ਤਾਂ ਇੱਥੋਂ ਤੱਕ ਵੀ ਦੁਨੀਆ ਕਹਿਣ ਲੱਗ ਗਿਆ ਵੀ ਤੱਤੀ ਕਵੀ ਦੇ ਉੱਤੇ ਗੁਰੂ ਅਰਜਨ ਸਾਹਿਬ ਬੈਠ ਨਹੀਂ ਸਕਦੇ ਹੋਰ ਅਸੀਂ ਕੀ ਕਹਾਂਗੇ ਲੋਕਾਂ ਇੱਥੋਂ ਤੱਕ ਗਿਰ ਗਿਆ ਮਨੁੱਖ ਦਸਮ ਗ੍ਰੰਥ ਦੀ ਬਾਣੀ ਦੇ ਉੱਤੇ ਗੁਰੂ ਕੀ ਬਾਣੀ ਉੱਤੇ ਅਸੀਂ ਕਿਤੂ ਕਰ ਲੈਂਦੇ ਅਸੀਂ ਜਾਵਾਂਗੇ ਕਿੱਧਰ ਇਹ ਗੱਲਾਂ ਡੋਬਣ ਵਾਲੀਆਂ ਹਨ ਤਾਂ ਸਤਿਗੁਰੂ ਜੀ ਕਹਿੰਦੇ ਹਨ ਖਾਨਸ ਭ੍ਰਿਸ਼ਟ ਹੋਏ ਡੂਬਤਾ ਜਲ ਕਾਲ ਨਾਹੀਂ ਯੋਗ ਨਾਹੀਂ ਨਾ ਹੀ ਸਤਕਾ ਢਬ ਖਾਨਸ ਭ੍ਰਿਸ਼ਟ ਹੋਏ ਡੂਬਤਾ ਜਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਲ ਨਾਹੀਂ ਯੋਗ ਨਾਹੀਂ ਜਿਹੜਾ ਸਮਾਂ ਨਹੀਂ ਵਿਚਾਰਦਾ ਜਿਹੜਾ ਮਨੁੱਖ ਵਾਹਿਗੁਰੂ ਨੂੰ ਨਹੀਂ ਵਿਚਾਰਦਾ ਯੋਗ ਮਿਲਾਪ ਨੂੰ ਨਹੀਂ ਵਿਚਾਰਦਾ ਜਿਹਦੇ ਕੋਲ ਸਤਕਾ ਢਬ ਜਿਉ ਸੱਚੇ ਸੱਚ ਰਾਹੀਂ ਜਿਉਣ ਦਾ ਢੰਗ ਨਹੀਂ ਹੈ ਜਿਹਦੇ ਕੋਲ ਯੂਰ ਕਹਿੰਦੇ ਨੇ ਥਾਨਸ ਭ੍ਰਿਸ਼ਟ ਹੋਏ ਡੂਬਤਾ ਜਿਹੜਾ ਥਾਨਸ ਕਹਿੰਦੇ ਨੇ ਹਿਰਦੇ ਨੂੰ ਥਾਨਸ ਕਹਿੰਦੇ ਨੇ ਗੁਰਦੁਆਰਿਆਂ ਨੂੰ ਜਿੱਥੇ ਜਿਹੜੇ ਮਨੁੱਖ ਦੇ ਹਿਰਦਾ ਜਿਹੜਾ ਭ੍ਰਿਸ਼ਟ ਹੋ ਗਿਆ ਝੂਠ ਦੇ ਨਾਲ ਉਹ ਹਿਰਦਾ ਸਾਫ਼ ਨਹੀਂ ਰਹਿ ਸਕਦਾ ਉਹ ਮਨੁੱਖ ਡੁੱਬ ਜਾਵੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੇਅਦਬੀ ਹੁੰਦੀ ਹੈ ਗੁਰੂ ਦੀ ਉਹ ਬੇਅਦਬੀ ਕਰਨ ਵਾਲੇ ਡੁੱਬ ਜਾਣਗੇ ਨਾਸ ਹੋ ਜਾਣਗੇ ਥਾਨਸ ਭ੍ਰਿਸ਼ਟ ਹੋਏ ਡੂਬਦਾ ਜਗ ਸਾਰਾ ਜਗ ਹੈ ਜਿਹੜਾ ਡੁੱਬ ਜਾਂਦਾ ਹੈ ਜਦੋਂ ਗੁਰਦੁਆਰਿਆਂ ਦੀ ਮਸਜਿਦਾਂ ਦੀ ਮੰਦਰਾਂ ਦੀ ਬੇਅਦਬੀ ਹੋਣ ਲੱਗ ਪਈ ਉੱਥੇ ਉੱਥੇ ਸ਼ਾਂਤੀ ਨਹੀਂ ਆ ਸਕਦੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਆਪ ਪੜ੍ਹ ਸਕਦੇ ਹੋ ਸੋ ਇਹ ਗੱਲ ਅਸੀਂ ਯਾਦ ਰੱਖਣੀ ਹੈ ਸਤਿਗੁਰੂ ਜੀ ਦਾ ਇਹ ਪਾਵਨ ਪਵਿੱਤਰ ਬਚਨ ਯਾਦ ਰੱਖਣਾ ਆਪਣੇ ਹਿਰਦੇ ਨੂੰ ਪਵਿੱਤਰ ਰੱਖਣਾ ਹੈ ਇੱਥੋਂ ਹੀ ਦੇਖ ਲਈਏ ਆਪਾਂ ਜੇ ਹਿਰਦੇ ਦੇ ਅੰਦਰ ਪਵਿੱਤਰਤਾ ਨਹੀਂ ਹੈ ਜੇ ਹਿਰਦੇ ਦੇ ਅੰਦਰ ਪਾਪ ਹੈ ਭ੍ਰਿਸ਼ਟ ਹੈ ਉਹ ਕਦੇ ਸੁਖੀ ਹੋਇਆ ਜਿਹਨੇ ਹਿਰਦੇ ਦੇ ਅੰਦਰ ਸੱਪ ਹੈ ਜਿਹੜਾ ਸੱਪ ਦੇ ਸਿਰ ਦੇ ਵਿੱਚ ਜ਼ਹਿਰ ਹੈ ਅਤੇ ਸੱਪ ਨੂੰ ਕਦੇ ਟਿਕਿਆ ਹੋਇਆ ਤੁਸੀਂ ਟਿਕਾ ਦੇ ਨਾਲ ਬੈਠਿਆ ਹੋਇਆ ਦੇਖਿਆ ਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਕਿ ਸਰਪ ਜੈਸੇ ਅਰ ਜਾੜੀ ਮਨੁੱਖ ਦੀ ਜਿਹੜੀ ਜ਼ਿੰਦਗੀ ਜਿਹੜੀ ਸੱਪ ਦੀ ਜ਼ਿੰਦਗੀ ਹੈ ਜਿਹੜਾ ਨਾਮ ਨਹੀਂ
जपदा ना उसकी सप्प वर्गी उम्र लंघती है। सप्प के सिर के जहर से जहर की मौत है, दूजिया के लिए मौत चक्की फिरता है। जोड़ा दूजिया के लिए मौत चक्की फिरता वह अपनी जिंदगी आप किमें टिक जाएगा। सप्प है जोड़ा वो जाके जोड़ा चंदन का वृक्ष है वह जाके चप्पा मार के रहेगा, थोड़े चिर तक वह शांति प्राप्त होंगी है, मुड़ के फिर वह तड़पता करता है। अखा सप दियाँ ने जड़ियाँ कदे एक सिकट खाता नहीं बीजता नहीं, ये पड़ता नहीं हूँ अखा से खोलता ही कद बीजता नहीं बंदे नहीं करता है। इन डर भी मैंने जो अखा बीजने को मार ना जिस मन दुनिया के लिए दुख भरया हो दुनिया के लिए पाप भरया हो कदे भी आप सुखी नहीं रह सकता, तो संसार दूजिया कितने सुखी रहने दुख ही दुखों की जिंदगी है। तो सतगुरु ने पूछा कि गुरु अर्जन देव सच्चे पातशाह गरीब नवाज सुख रहने का तरीका की है, तो महाराज कहते हैं जिस सर्व सुखा फल लोड़ी है सो सच कमा लो। सिर दे विच जहर नहीं रखना, सिर दे विच पाप नहीं रखना, सिर दे विच मनुख ने सच नू रखना है। जे सच रखांगे सिर दे विच बाणी रखांगे, बाणी महाराज के हिरदे के अंदरों निकली हुई है। बाणी है जिहड़ी सच का स्वरूप है, शांति का स्वरूप है, ज्ञान का समुद्र है, सारिया इच्छावां पूरी करने वाली है। जिसने अपने सिर दे विच अपने हिरदे के अंदर बाणी रखी उन्हों साथ सुख प्राप्त होता है, उन्हों दुख नहीं प्राप्त होता है। देखो जो लहू है ना, लहू दो बड़े काम करता साडे शरीर दे, एक ट्रांसपोर्टेशन है शरीर दियां नाड़ियां दे अंदर लहू चलता रहता बगता रहता, जदों लहू फड़ गया तो शरीर की उस वक्त मौत हो जाती, जम गए तो मौत हो जाती। तो इस लहू के चलण के नाल शरीर के अंदर आक्सीजन घूमती है, शरीर के अंदर जिन्हें चंगे गुण ने ना चंगे खुराक के तत् ने वो सारे सारे लेट जाते, तो माड़िया चीज़ा ने जड़िया माड़े वेस्टेज जा शरीर के विचों वो लहू गंद गंदगी राही किडनिया राही बाहर कड़ता है। एक होर वड्डा काम है होम्योस्टेसिस कहते, मैं अंग्रेजी का लफ मेरे शायद भुलना गया हो, जिहड़ियां नाड़ियां शरीर के फट जांदियां ने ना उन्होंने प्लग करता है, जोड़ता है, जिहड़े ब्लड क्लॉट होंगे जिते टक ला जाए तुम देखो खून उत्ते गाढ़ा हो जाता है, गाढ़ा होने के नाल खून बंद हो जाए, जे ज़्यादा टक लग जाए फिर डॉक्टर ने होर तरीके अपनाए। जिहड़ा सिमरन है ना, सिमरन इस तरीके साडे अंदर रौन चला, लहू पवन रौन चला चला, जिन्हें चंगे गुण ने सतगुरु के सत संतोख दया धर्म जिहड़ा सिमरन करता वो अंदर सारे गुण चलते हैं। तो जिथे कितने कौम के बीच झगड़ा पिया हो सिमरन जिमें खून प्लग करता उत्थे यह सिमरन है, उसे गुरमुखां जोड़ के गुरु के नाल जोड़ देता झगड़े खत्म करता। जिथे सिमरन ना हो जुड़ने वाली गल कोई रह नहीं, उत्थे जुड़ने वाली गल रह नहीं कोई, उत्थे फिर सिमरन तो बिना मनुख है जिहड़ा वह टुट जाता है। जिथे सिमरन मुक गया याद गुरु की मुक गई उत्थे मुक जाता है। इसे करके कहते हैं गर्भ जुगी भाई आनंद लाल साहब जी के गर्भ जुगी गर्भजुर्गी बायदत कुन बंदगी, फिर तू बंदगी कर सिमरन कर, वरना आखिर जे नहीं करेगा बंदगी करने वाले सुख मिलना, जे नहीं करेगा वरना आखिर नी कशी शर्मिंदगी, फिर तेरे बल्ले शर्मिंदगी शर्मशार वाहगुरु की दरगाह होना पवेगा, गुरु की दरगाह होना पवेगा। तो यह महान उपदेश है जोड़ा ये शहीदा के शहीदा के सत्ता श्रोमणी शहीद है जो बाबा दीप सिंह उन्होंने जिंदगी प्राप्त होंदा है। अज गुरु हर राय साहब जी का भी वचन है, उन्होंने जिंदगी बारे भी थोड़ा जहा कह के समाप्ति करा मैं। गुरु हर राय साहब बाबा गुरदित्ता साहब जी के सामने बाबा गुरदित्ता जी बंदगी वाले महापुरख नाम के रसमी महापुरख भाणा मनण वाले, जो गौ जीवी कीरतपुर के करते थे तो गुरु हरगोबिंद साहब सच्चे पातशाह ने कह दिता जी पुत्र जी
एक म्यान दे विच दो तलवार नहीं है। उस वक्त समझ के सतगुरु हुक्म कहते हो जा तू रहेगा जा मैं रहेगा। सत वचन चरणा के नमस्कार की जपजी साहब का पाठ किया तो बाबा जी ने सप कुंज छे छे तो गुरु बाबा गुरदत्ता जी का जो जन्म होया तो गुरु हरगोबिंद साहब सच्चे पातशाह उन्होंने नमस्कार करते हथ जोड़ के नमस्कार करते। बाबा बिधि चंद ने पूछा सतगुरु जी इन्हों नमस्कार क्यों करते हो? कहते इन्हों के घर एक गुरु ने गुरु पुत्र ने जन्म लेना बिधि चंदा तो इन्होंने नमस्कार कर। तो गुरु हर राय साहब सच्चे पातशाह जी ने बाणी का सानू सत्कार करना सिखाया। देखो राम राय जी गह उन्होंने पुत्र हैं जिन्होंने इको अखर बदलिया गुरु हरगोबिंद गुरु हर राय साहब जी ने सारी उम्र अपने पुत्र को मूँह मिला इन करामात देकर मिट्टी मुसलमान की आप सारे पता है बदलिया मिट्टी बेईमान की। कहते गुरु नानक साहब जी का वचन वचन बदलने वाला ये कौन है? सारी उम्र साढ़े सारी उम्र मूँह मिला जब दुख आए कलेष पाए तो गुरु गोबिंद सिंह महाराज ने चरणा से जाके नमस्कार की महाराज ने फिर बख्शे बाबे राम ते गुरु आप गुरु हर राय साहब सच्चे पातशाह संगत कीर्तन करनी आई सी आप पलंग के उत्ते पे सन जदों कन्ना कीर्तन की आवाज पई ना काली नाल उखड़े तो काली नाल गोडे के उत्ते चोट आ गई। महाराज थोड़ा जहा जो बाहर निकले तो संगत ने पूछा महाराज की गल कहते भाई कीर्तन करती संगत आ गई थी तो असी कीर्तन कीर्तन के सत्कार काली नाल उखड़ लगे थी चोट आ गई। तो संगत ने सवाल किया महाराज कीर्तन भी आपका ही रूप है आप भी गुरु हो तो तुसी ते गुरबाणी की कोई रूप है कि तुसी क्यों क्यों किया? महाराज कहते जिस पै अदा बाणी धारा सो सिख जानो नहीं हमारा। जिहड़ा सिख गुरबाणी का आदर से सत्कार नहीं कर सकता ना वो साडा सिख ही। सो ये अंदाजा ला लो भी ये कमाइया हुई सतगुरों के कहे हुए वचन ने जिहड़ा सिख बाणी का करेगा सत्कार करेगा सतगुरु जी कहते मेरे नानक सतगुरु पूजिया तेन हाथ पूजा। जो सतगुरु की पूजा करता अपने सिर तो उत्ते सतगुरु का सत्कार करता है तो गुरु रामदास महाराज के वचन ने कि उसकी पूजा गुरु मंगने होगी संसार क्योंकि वो अंदर उन्होंने कहते हैं गुरसिख। आम असं जो सिक्ख्या लैके साधन करते तो असं सिख हाँ जो कमाई करते करते गुरु में भा जाइए गुरु हिरदे अंदर आप सिखे बन जाते गुरसिख क्योंकि गुरु हिरदे के अंदर वसदा उसकी फिर पूजा तो सतगुरु मेरा कर गुरु हर राय साहब जिन्हों का पिछले हफ्ते आपका प्रकाश दिहाड़ा मनाया है बाबा दीप सिंह जिन्होंने सानू जीवन की अणख नाल जीवन की जाच सिखाई है उन्होंने जीवन आप याद किया है तो सतगुरु मेरा कर इन पुराने सिखा वर्गी जीवन जाच सानू आ जाए। गुरु हर राय साहब सच्चे पातशाह ने भावें बाणी नहीं रची बाणी का सत्कार करना सानू सिखाया है। सो सतगुरु का उपदेश उन्होंने जीवन का उपदेश मोहत साढ़े जीवन बस जाए भुला गलतियों सेवा करनी आओ फते बुला के गुरु चरणों का सारे होटा श्रम किए। वाहेगुरु जी का खालसा वाहेगुरू जी।